ਰਾਜਪਾਲ ਦੇ ਅਭਿਭਾਸ਼ਣ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਚੁੱਕਿਆ ਹੈ ਅਤੇ ਅਕਾਲੀ ਦਲ ਵੱਲੋਂ ਪਹਿਲੇ ਹੀ ਦਿਨ ਜਿਹੜਾ ਵਾਈਕਆਊਟ ਕੀਤਾ ਗਿਆ। ਸਾਡੇ ਨਾਲ ਹੈਗੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਸਾਹਿਬ। ਸਿੰਗਲਾ ਸਾਹਿਬ, ਅਕਾਲੀ ਦਲ ਵੱਲੋਂ ਵਾਕਆਊਟ ਕੀਤਾ ਗਿਆ ਹੈ, ਕਹਿਣਾ ਹੈ ਕਿ ਇਸ ਰਾਜਪਾਲ ਜਿਹੜਾ ਅਭਿਭਾਸ਼ਣ ਪੜ੍ਹ ਰਹੇ ਉਹ ਸਰਕਾਰ ਦੀ ਸਿਰਫ ਉਹ ਕੰਮ ਨੂੰ ਗਿਣਾ ਰਹੇ ਜਿਹੜੇ ਉਹਨਾਂ ਨੇ ਅੱਜ ਤੱਕ ਕਦੀ ਕੀਤੇ ਨਹੀਂ, ਝੂਠੀਆਂ ਗੱਲਾਂ ਦਾ ਜਿਹੜਾ ਉਹ ਪ੍ਰਚਾਰ ਕਰ ਰਹੇ ਹੈ। ਰਾਜਪਾਲ ਮਜਬੂਰ ਹੈਗਾ ਉਹਨਾਂ ਨੂੰ ਇਹ ਭਾਸ਼ਣ ਪੜ੍ਹਨ ਲਈ। ਇਹ ਕੌਨਸਟੀਟਿਊਸ਼ਨਲ ਗੱਲ ਹੁੰਦੀ ਹੈ, ਚਾਹੇ ਲੋਕ ਸਭਾ ਦੀ ਗੱਲ ਹੋਵੇ ਅਤੇ ਚਾਹੇ ਵਿਧਾਨ ਸਭਾ ਦੀ ਗੱਲ ਹੋਵੇ। ਸੂਬਿਆਂ ਦੇ ਵਿੱਚ ਹਰ ਸਰਕਾਰ ਨੇ ਆਪਣੀ ਗੱਲ ਜੋ ਆਪਣੇ ਕੰਮ ਪਿਛਲੇ ਸਮੇਂ 'ਚ ਕੀਤਾ ਹੈ ਉਹ ਗਵਰਨਰ ਸਾਹਿਬ ਕੋਲ ਜਾਂਦਾ ਅਤੇ ਗਵਰਨਰ ਸਾਹਿਬ ਨੂੰ ਉਸ ਐਡਰੈਸ ਨੂੰ ਪੜ੍ਹਦੇ ਹੈ ਲੋਕਾਂ ਦੇ ਵਿੱਚ, ਹਾਊਸ ਦੇ ਵਿੱਚ। ਪਿਛਲੇ 2 ਸਾਲ ਪੌਣੇ 2 ਸਾਲ ਦੇ ਵਿੱਚ ਜਿੰਨੀਆਂ ਚੋਣਾਂ ਪੰਜਾਬ 'ਚ ਹੋਈਆਂ ਸਾਰੀਆਂ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਦੇ ਹੱਕ 'ਚ ਆਏ ਹਨ। ਜੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ 2017 'ਚ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਵਾਸਤੇ ਸਰਕਾਰ ਨੇ ਸਕੀਮ ਬਣਾਈ, ਲਗਾਤਾਰ ਹਰ ਗੱਲ ਦੇ ਉੱਪਰ ਪੂਰਤੀ ਕਰਨ ਵਾਸਤੇ ਗੱਲ ਰੱਖੀ ਹੈ ਅਤੇ ਤਾਂ ਨਤੀਜੇ ਕਾਂਗਰਸ ਦੇ ਹੱਕ 'ਚ ਆਏ ਹੈ। ਅਤੇ ਆਉਣ ਵਾਲੀ ਚੋਣ ਆ ਰਹੀ ਹੈ ਲੋਕ ਸਭਾ ਦੀ, 13 ਸੀਟਾਂ, ਅਤੇ ਜੇ ਇੱਕ ਵੀ ਆ ਗਈ ਅਕਾਲੀ ਦਲ ਦੀ ਤਾਂ ਮੈਨੂੰ ਫੜ ਲਿਓ। ਤਾਂ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅਕਾਲੀ ਦਲ ਦੇ ਮੈਂਬਰ ਸਾਹਿਬਾਨਾਂ ਵੱਲੋਂ ਹਾਊਸ ਵਿੱਚ ਇਹ ਕਹਿਣਾ ਕਿ ਇਹ ਆਰੋਪ ਲਗਾਉਣਾ ਕਿ ਇਹ ਗਲਤ ਹੈ, ਤਾਂ ਮੈਂ ਸਮਝਦਾ ਇਹ ਗੱਲ ਠੀਕ ਨਹੀਂ ਹੈ। ਜਦੋਂ ਜਨਤਾ 'ਚ ਜਾਣਗੇ, ਜਨਤਾ ਦੀ ਵੋਟਾਂ ਲੈਣ ਲੱਗੇ, ਉਸ ਵੇਲੇ ਪਤਾ ਲੱਗੂਗਾ ਕਿ ਕੀ ਗੱਲ ਕਾਂਗਰਸ ਨੇ ਕੀਤੀ ਹੈ, ਕੀ ਗੱਲ ਸਰਕਾਰ ਨੇ ਕੀਤੀ ਹੈ, ਕੀ ਵਾਅਦਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਕੀਤਾ ਸੀ, ਕਿੰਨਾ ਪੂਰਾ ਕੀਤਾ ਅਤੇ ਕਿੰਨਾ ਬਾਕੀ ਸਮੇਂ 'ਚ ਪੂਰਾ ਹੋਊਗਾ। ਸਾਹਿਬ, ਲੇਕਿਨ ਇੱਕ ਪਾਸੇ ਇੱਧਰ ਉਹ ਵਿਰੋਧ ਕਰ ਰਹੇ ਸੀ ਅਤੇ ਦੂਜੇ ਪਾਸੇ ਸੜਕਾਂ 'ਤੇ ਅੱਜ ਅਕਾਲੀ ਦਲ ਵਾਲੇ ਸੁਖਬੀਰ ਸਿੰਘ ਬਾਦਲ ਸੜਕ 'ਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਲੈ ਕੇ ਉਹਨਾਂ ਨਾਲ ਸੜਕਾਂ 'ਤੇ ਬਹਿ ਕੇ ਧਰਨੇ ਦੇ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਸੁਖਬੀਰ, ਇਹ ਇਫ ਹੀ ਵਾਂਟਸ ਟੂ ਰੇਜ਼ ਐਨ ਇਸ਼ੂ, ਇਟ ਇਜ਼ ਅਪ ਟੂ ਹਿਮ ਟੂ ਰੇਜ਼ ਐਨ ਇਸ਼ੂ। ਬਟ ਜੋ ਅਸੀਂ ਕਿਸਾਨਾਂ ਦੇ ਵਾਸਤੇ ਕਰਜ਼ਾ ਮਾਫੀ ਦਾ ਪ੍ਰੋਗਰਾਮ ਚਾਲੂ ਕੀਤਾ ਹੈ, ਕੋਈ ਪੱਖਪਾਤ ਅਸੀਂ ਗਰਾਊਂਡ ਦੇ ਉੱਪਰ ਨਹੀਂ ਕੀਤਾ, ਚਾਹੇ ਕੋਈ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਸੀਗਾ, ਪਰ ਇੱਕੋ ਹੀ ਸੋਚ ਸੀ ਕਿ ਛੋਟੇ ਕਿਸਾਨ ਨੂੰ ਮਜ਼ਬੂਤੀ ਦੇਣ ਦੀ ਗੱਲ ਸੀ, ਛੋਟੇ ਕਿਸਾਨ ਨੂੰ ਤਾਕਤ ਦੇਣ ਦੀ ਗੱਲ ਸੀ। ਜਿਹੜਾ ਵੀ ਕਿਸਾਨ 2.5 ਏਕੜ ਤੱਕ ਦੀ ਜਿਹਦੇ ਕੋਲ ਜ਼ਮੀਨ ਸੀ ਅਤੇ 2 ਲੱਖ ਦਾ ਕਰਜ਼ਾ ਸੀ, ਉਸ ਤੋਂ ਬਾਅਦ 5 ਏਕੜ ਤੱਕ ਦੀ ਜ਼ਮੀਨ ਦੇ 2 ਲੱਖ ਦਾ ਕਰਜ਼ਾ ਸੀ, ਸਾਰੀਆਂ ਚੀਜ਼ਾਂ ਨੂੰ ਅਸੀਂ ਮਜ਼ਬੂਰ ਹੈ। ਅਤੇ ਬਜਟ ਆ ਰਿਹਾ, ਬਜਟ ਦੇ ਵਿੱਚ ਕਿਹੜੇ ਵਾਅਦੇ ਹੋਣਗੇ, ਕਿਹੜੇ ਇਸ ਬਜਟ ਆਊਗਾ, ਆਪਾਂ ਬਜਟ ਤੋਂ ਬਾਅਦ ਗੱਲ ਕਰਾਂਗੇ, ਔਰ ਬਜਟ ਵਿਲ ਬੀ ਗੁੱਡ ਫੋਰ ਪੰਜਾਬ। ਬਿਲਕੁਲ ਸੀਗੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ, ਜਿਨ੍ਹਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਵਿਪਕਸ਼ ਜਾਣ ਬੁੱਝ ਕੇ ਰਾਜਪਾਲ ਦੇ ਅਭਿਭਾਸ਼ਣ ਦਾ ਵਾਕਆਊਟ ਕਰਕੇ ਨਿਕਲੀ ਹੈ ਅਤੇ ਸਾਰੇ ਮੁੱਦੇ ਜਿਹੜੇ ਆ ਰਾਜਪਾਲ ਵੱਲੋਂ ਚੱਕੇ ਗਏ, ਜਿਹੜੀ ਆਵਾਜ਼ ਚੱਕੀ ਗਈ ਉਹ ਪੰਜਾਬ ਸਰਕਾਰ ਉਹਨਾਂ ਨੂੰ ਜ਼ਰੂਰ ਪੂਰਾ ਕਰੇਗੀ ਅਤੇ ਜਿਹੜੇ ਵੀ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸੀ ਉਹ ਵਾਅਦਾ ਨੂੰ ਪੂਰਾ ਕਰਨਾ ਦੀ ਸਰਕਾਰ ਦਾ ਜ਼ਿੰਮਾ ਰਹੇਗਾ ਅਤੇ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਹੈ ਉਹਨਾਂ ਦੇ ਵਿੱਚ ਵੀ ਕਾਂਗਰਸ ਦੀ 13 ਤੋਂ 13 ਸੀਟਾਂ 'ਤੇ ਜਿੱਤ ਵੀ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਪੱਕੀ ਅਤੇ ਸੁਨਿਸ਼ਚਿਤ ਕੀਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਦਿਤਿਆ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।